17 ਦਸੰਬਰ ਨੂੰ ਬਠਿੰਡਾ ਵਿੱਚ ਸਿਆਸੀ ਮੈਦਾਨ ਪਖਦਾ ਦਿਖਾਈ ਦੇਗਾ ਜਿੱਥੇ ਇੱਕ ਪਾਸੇ ਆਪ ਸਰਕਾਰ ਵੱਲੋਂ ਵੱਡੀ ਰੈਲੀ ਮੋੜ ਮੰਡੀ ਵਿੱਚ ਕਰਵਾਈ ਜਾ ਰਹੀ ਹੈ ਤਾਂ ਉਧਰ ਕਾਂਗਰਸ ਪਾਰ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ 17 ਦਸੰਬਰ ਨੂੰ ਬਠਿੰਡਾ ਵਿੱਚ ਗਰਜਦੇ ਦਖਾਈ ਦੇਣਗੇ ਤਾਂ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਦਾ ਦਿਖਾਈ ਦੇਗਾ 17 ਦਸੰਬਰ ਨੂੰ ਤਾਂ ਉੱਥੇ ਹੀ ਜੇਕਰ ਸਿਆਸੀ ਸਰਗਰਮੀਆਂ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਵਾਰ ਫਿਰ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਜਿੱਤੇਗਾ ਪੰਜਾਬ ਰੈਲੀ ਕੀਤੀ ਜਾਏਗੀ ਮਹਾਰਾਜ ਪਿੰਡ ਵਿੱਚ ਤਾਂ ਬਠਿੰਡਾ ਦੇ ਮਹਾਰਾਜ ਵਿੱਚ ਇਹ ਵੱਡੀ ਰੈਲੀ ਹੋਣ ਜਾ ਰਹੀ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਰੈਲੀ ਵਿੱਚ ਅਗਵਾਈ ਕਰਨਗੇ ਅਤੇ ਉੱਥੇ ਹੀ ਆ ਕਾਂਗਰਸ ਦੇ ਆਗੂ ਰਾਜਵੀਰ ਸਿੰਘ ਰਾਜਾ ਦੀ ਅਗਵਾਈ ਹੇਠੇ ਰੈਲੀ ਕੀਤੀ ਜਾਏਗੀ ਤਾਂ ਬਠਿੰਡਾ 17 ਦਸੰਬਰ ਨੂੰ ਪੂਰੀ ਤਰ੍ਹਾਂ ਜਿਹੜਾ ਸਿਆਸੀ ਤੌਰ ਤੇ ਭਖਦਾ ਦਿਖਾਈ ਦੇਗਾ ਸਿਆਸੀ ਮੈਦਾਨ ਹੈ ਜਿਹੜਾ ਉਹ ਪੂਰੀ ਤਰ੍ਹਾਂ ਭਖਦਾ ਦਿਖਾਈ ਦੇਗਾ ਤੇ ਉੱਥੇ ਹੀ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਡੀਸੀ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰ ਦਿੱਤੀਆਂ ਗਈਆਂ ਨੇ ਤਾਂ ਜਿੱਥੇ ਇੱਕ ਪਾਸੇ ਦੋਵਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਪ੍ਰਸ਼ਾਸਨ ਨੇ ਵੀ ਪੂਰੀ ਤਰ੍ਹਾਂ ਇਹਨਾਂ ਰੈਲੀਆਂ ਤੇ ਫੋਕਸ ਰੱਖਣ ਦੇ ਲਈ ਅਧਿਕਾਰੀਆਂ ਨੂੰ ਅਹਿਮ ਜਿਹੜੀ ਆ ਜਾਣਕਾਰੀ ਦਿੱਤੀ ਆ ਤੇ ਹਦਾਇਤਾਂ ਦਿੱਤੀਆਂ ਨੇ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਏਡੀਜੀਪੀ ਰੇਂਜ ਬਠਿੰਡਾ ਐਸਐਸਪੀ ਪਰਮਰਾਰ ਐਸਐਸਪੀ ਰਰ ਹਰਨਵੀਰ ਸਿੰਘ ਗਿੱਲ ਅਤੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹ ਜਿਹੜੀ ਆ ਮੀਟਿੰਗ ਕਰਕੇ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਤੇ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਸਰਕਾਰਮ ਜਿਹੜੇ ਆ ਹੁਣ ਨਵਜੋਤ ਸਿੰਘ ਸਿੱਧੂ ਵੀ ਦਿਖਾਈ ਦੇਣਗੇ ਉੱਥੇ ਹੀ ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਭਾਵੇਂ ਉਹਨਾਂ ਦੀ ਉਹ ਆਪਣੀ ਸਰਕਾਰ ਕਿਉਂ ਨਾ ਹੋਵੇ ਭਾਵੇਂ ਹੋਰ ਕਿ ਕਿਸੇ ਪਾਰਟੀ ਦੀ ਸਰਕਾਰ ਕਿਉਂ ਨਾ ਹੋਣ ਹੋਵੇ ਜਦੋਂ ਉਹ ਸਿਆਸੀ ਮੈਦਾਨ ਤੇ ਉਤਰਦੇ ਆ ਤਾਂ ਕਿਸੇ ਨਾ ਕਿਸੇ ਮੁੱਦੇ ਤੇ ਹਰ ਵਾਰ ਜਿਹੜਾ ਸਰਕਾਰ ਨੂੰ ਘੇਰਦੇ ਨਜ਼ਰ ਆਂਦੇ ਆ ਤਾਂ ਉੱਥੇ ਹੀ ਮਹਾਰਾਜ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੱਡੀਆਂ ਤਿਆਰੀਆਂ ਕਿੱਤਿਆਂ ਜਾ ਰਹੇ ਨੇ ਤਾਂ ਨਵਜੋਤ ਸਿੰਘ ਸਿੱਧੂ 17 ਦਸੰਬਰ ਨੂੰ ਬਠਿੰਡਾ ਵਿੱਚ ਗਰਜਦੇ ਦਿਖਾਈ ਦੇਣਗੇ ਉੱਥੇ ਹੀ ਜੇਕਰ ਗੱਲ ਕਰੀਏ ਵਿੱਤੇ ਦਿਨ ਹੀ ਜੋ ਵਪਾਰੀ ਦਾ ਕਤਲ ਹੋਇਆ ਸੀ ਬਠਿੰਡੇ ਵਿੱਚ ਦੁਕਾਨ ਦੇ ਬਾਹਰ ਬੈਠੇ ਤੇ ਗੋਲੀਆਂ ਮਾਰੀਆਂ ਗਿਆ ਸੀ ਤਾਂ ਉਸ ਸਮੇਂ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਉਸ ਧਰਨੇ ਵਿੱਚ ਸ਼ਿਰਕਤ ਕੀਤੀ ਗਈ ਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਸਵਾਲ ਖੜੇ ਕੀਤੇ ਗਏ ਸੀ ਕਿ ਆਖਰਕਾਰ ਪੰਜਾਬ ਦੀ ਲ ਐਂਡ ਸਥਿਤੀ ਦਾ ਕੀ ਬਣੂਗਾ ਲੈਂਡ ਆਂਡਰ ਦੀ ਸਥਿਤੀ ਦਾ ਕੀ ਬਣੇਗਾ ਕਿਉਂਕਿ ਦਿਨੋ ਦਿਨ ਜਿਹੜੇ ਆ ਕਾਤਲ ਫਰੋਤੀ ਦੀਆਂ ਬਾਰਦਾਤਾ ਵਧਦੀਆਂ ਜਾ ਰਹੀਆਂ ਨੇ ਤਾਂ ਰੇਤੇ ਦੀ ਨਜਾਇਜ਼ ਮਾਈਨਿੰਗ ਦੀ ਗੱਲ ਕਰੀਏ ਤਾਂ ਉਸ ਤੇ ਵੀ ਨਵਜੋਤ ਸਿੰਘ ਸਿੱਧੂ ਹਰ ਵਾਰ ਜਿਹੜੇ ਆ ਸਰਕਾਰ ਨੂੰ ਘੇਰ ਦੇ ਨਜ਼ਰ ਆਂਦੇ ਆ ਤ ਕਬਖ ਵਖ ਮੁੱਦਿਆਂ ਤੇ ਜਿੱਥੇ ਸਰਕਾਰ ਨੂੰ ਘੇਰਿਆ ਜਾਂਦਾ ਨਵਜੋਤ ਸਿੰਘ ਸਿੱਧੂ ਵੱਲੋਂ ਤਾਂ ਇੱਕ ਵਾਰ ਫਿਰ ਤੋਂ ਸਿਆਸੀ ਮੈਦਾਨ ਚ ਸਰਗਰਮ ਦਿਖਾਈ ਦੇਣਗੇ ਨਵਜੋਤ ਸਿੰਘ ਸਿੱਧੂ 17 ਦਸੰਬਰ ਨੂੰ ਬਠਿੰਡਾ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਤਾਂ ਮਹਾਰਾਜ ਵਿੱਚ ਇਹ ਰੈਲੀ ਹੋਏਗੀ ਜਿੱਥੇ ਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਤਿਆਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਇੱਕ ਪਾਸੇ ਮੰਡਿਆ ਮੋੜ ਮੰਡੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤਾਂ ਉਧਰ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਮਹਾਰਾਜ ਵਟਿੰਡਾ ਦੇ ਮਹਾਰਾਜ ਵਿੱਚ ਰੈਲੀ ਜਿਹੜੀ ਆ ਰੱਖੀ ਗਈ ਆ ਤੇ ਜਿੱਤੇਗਾ ਪੰਜਾਬ ਇਸ ਰੈਲੀ ਦਾ ਨਾਮ ਹੋਏਗਾ ਤਾਂ ਜਿੱਤੇਗਾ ਪੰਜਾਬ ਤਹਿਤ ਇਹ ਰੈਲੀ ਕੀਤੀ ਜਾਏਗੀ ਤਾਂ ਸਿਆਸੀ ਮੈਦਾਨ 'ਚ ਇੱਕ ਵਾਰ ਫਿਰ ਤੋਂ ਸਰਗਰਮ ਦਿਖਾਈ ਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਜਿੱਥੇ ਅ ਕਈ ਜੜੇ ਉਹਨਾਂ ਵੱਲੋਂ ਪਹਿਲਾਂ ਵੀ ਸਰਕਾਰ ਦੇ ਖਿਲਾਫ ਖੁਲਾਸੇ ਕੀਤੇ ਗਏ ਆ ਤਾਂ ਉੱਥੇ ਹੀ ਹੁਣ ਹੋਰ ਕਈ ਆ ਕਈ ਮੁੱਦਿਆਂ ਤੇ ਕੇਨ ਦੇ ਲਈ ਸਰਕਾਰ ਨੂੰ ਤਿਆਰੀ ਖਿੱਚ ਲਈ ਆ ਤਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਭਾਵੇਂ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ ਉਹ ਕਿਸੇ ਨਾ ਕਿਸੇ ਮੁੱਦੇ ਤੇ ਜਿਹੜਾ ਸਰਕਾਰ ਨੂੰ ਕੇਰ ਦੇ ਨਜ਼ਰ ਆਂਦੇ ਆ ਤਾਂ ਉੱਥੇ ਹੀ ਇੱਕ ਵਾਰ ਫਿਰ ਇਸ ਰੈਲੀ ਤੇ ਵੱਡੀਆਂ ਨਜ਼ਰਾਂ ਟਿਕਿਆ ਰਹਿਣਗੀਆਂ ਨਵਜੋਤ ਸਿੰਘ ਸਿੱਧੂ ਜਾਂ ਤੋਂ ਕੁਝ ਦੂਰੀ ਤੇ ਹੀ ਆਮ ਆਦਮੀ ਪਾਰਟੀ ਦੀ ਰੈਲੀ ਹੋਏਗੀ ਤਾਂ ਉੱਥੇ ਹੀ ਮਹਾਰਾਜ ਵਿੱਚ ਨਵਜੋਤ ਸਿੰਘ ਸਿੱਧੂ ਵੀ ਰੈਲੀ ਕਰਨਗੇ ਤੇ ਜਿੱਤੇਗਾ ਪੰਜਾਬ ਤਹਤੇ ਰੈਲੀ ਕੀਤੀ ਜਾਏਗੀ ਪਰ ਇਸ ਰੈਲੀ ਵਿੱਚ ਸਰਕਾਰ ਤੇ ਵੀ ਜਿਹੜੇ ਆ ਵੱਡੇ ਜਿਹੜੇ ਕੀ ਮੁੱਦੇ ਆ ਜਿਹੜੇ ਉਹ ਸਾਹਮਣੇ ਆ ਸਕਦੇ ਆ ਨਵਜੋਗ ਸਿੰਘ ਸਿੰਧੂ ਬਿੱਤੇ ਦਿਨਾਂ ਤੋਂ ਦੇਖਿਆ ਕਿ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰ ਦੇ ਨਜ਼ਰ ਆ ਰਿਹਾ ਤਾਂ ਸਭ ਤੋਂ ਵੱਡੀ ਗੱਲ ਕਰੀਏ ਕਿ ਮਾਈਨਿੰਗ ਨੂੰ ਲੈ ਕੇ ਜਿਵੇਂ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਤੱਕ ਕੀਤੀ ਤਾਂ ਨਾਲ ਦੀ ਨਾਲ ਸਰਕਾਰ ਨੂੰ ਐਕਸ਼ਨ ਲੈਣਾ ਪਿਆ ਤੇ ਮਾਈਨਿੰਗ ਵਿਭਾਗ ਆ ਮਾਈਨਿੰਗ ਮੰਤਰੀ ਆ ਜਿਹੜਾ ਉਹਨਾਂ ਨੂੰ ਬਦਲਣਾ ਪਿਆ ਤਾਂ ਉੱਥੇ ਹੀ ਇਸ ਰੈਲੀ ਤੇ ਵੀ ਵੱਡੀਆਂ ਨਜ਼ਰਾਂ ਟਿਕਿਆ ਰਹਿਣਗੀਆਂ ਕਿ ਨਵਜੋਤ ਸਿੰਘ ਸਿੱਧੂ ਹੁਣ ਹੋਰ ਕਿਹੜੇ ਕਿਹੜੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੇ ਲਈ ਤਿਆਰੀ ਕਰਕੇ ਆਏ ਨੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਇੱਕ ਪਾਸੇ ਤਾਂ ਮਾੜ ਮੰਡੀ ਵਿੱਚ ਬਠਿੰਡਾ ਦੀ ਮਾੜ ਮੰਡੀ ਵਿੱਚ ਆਮ ਆਦਮੀ ਪਾਰਟੀ ਵੱਲੋਂ 17 ਦਸੰਬਰ ਨੂੰ ਰੈਲੀ ਕਰਵਾਈ ਜਾ ਰਹੀ ਹੈ ਤਾਂ ਉਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮਹਾਰਾਜ ਬਠਿੰਡਾ ਦੇ ਮਹਾਰਾਜ ਵਿੱਚ ਗਰਜਦੇ ਦਿਖਾਈ ਦੇਣਗੇ ਤਾਂ ਨਜ਼ਰਾ ਟਿਕਿਆ ਰਹਿਣਗੀਆਂ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਹੋਰ ਕਿਹੜੇ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਜਾਏਗਾ ਹੋਰ ਜਾਣਕਾਰੀ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਨਾ ਟੀਵੀ ਨਾਲ